ਬਹੁਤ ਸਤਿਕਾਰ ਜੋ ਗੁਰੂ ਰੂਪ ਗੁਰੂ ਸਾਹਿਬ ਸਾਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬਲੰਦ ਕਰੀਏ ਬਹੁਤ ਹੀ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਸੰਸਾਰ ਦੇ ਪ੍ਰਚਲਿਤ ਕੈਲੰਡਰ ਦੇ ਅਨੁਸਾਰ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਨਵਾਂ ਸਾਲ ਮਨਾਇਆ ਜਾ ਰਿਹਾ ਹੈ ਵੈਸੇ ਜੇਕਰ ਗੁਰਮਤ ਵਿਚਾਰਧਾਰਾ ਦੇ ਅਨੁਕੂਲ ਵੇਖੀਏ ਤਾਂ ਸਾਰੇ ਦਿਹਾੜੇ ਪਵਿੱਤਰ ਨੇ ਮਹਾਮੂਰਤ ਦਿਵਸ ਭਲੇ ਜਿਸ ਨੂੰ ਨਦਰ ਕਰੇ ਨਾ ਤਾਂ ਕੋਈ ਦਿਨ ਸਿੱਖ ਦੇ ਵਾਸਤੇ ਮਾੜਾ ਹੈ ਨਾ ਕੋਈ ਚੰਗਾ ਹੈ ਨਾ ਕੋਈ ਸ਼ੁਭ ਹੈ ਨਾ ਕੋਈ ਅਸ਼ੁਭ ਹੈ ਪਰ 1 ਜਨਵਰੀ ਦਾ ਦਿਨ ਜੇਕਰ ਇਸ ਸਾਰੇ ਵਰਤਾਰੇ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਤੋਂ ਅਲੈਦਾ ਕਰਕੇ ਵੇਖੀਏ ਤਾਂ ਸਿੱਖ ਕੌਮ ਦੇ ਤਵਾਰੀਖੀ ਸਫ਼ਰ ਦੇ ਵਿੱਚ ਸਰਕਾਰੀ ਜ਼ਬਰ ਉਪਰੰਤ ਇੱਕ ਸ਼ਹਾਦਤ ਦਾ ਅਹਿਮ ਜਿਹੜਾ ਕਾਂਡ ਹੈ ਉਹ ਇਸ ਦਿਨ ਦੇ ਨਾਲ ਜੁੜਿਆ ਹੋਇਆ ਹੈ ਮੇਰਾ ਕਹਿਣ ਤੋਂ ਪਾਵ ਹੈ ਅਕਾਲ ਤਖਬ ਸਾਬ ਦੇ ਜਥੇਦਾਰ ਸਰਦਾਰ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਸਾਥ ਮਾਨਣ ਦਾ ਮੌਕਾ ਮਿਲਿਆ ਔਰ ਉਹਨਾਂ ਦੀ ਆਪਣੀ ਸ਼ਖਸੀਅਤ ਚਾਹੇ ਧਾਰਮਿਕ ਖੇਤਰ ਦੇ ਹੋਵੇ ਜਾਂ ਫਿਰ ਅਕਾਲ ਤਖਬ ਸਾਬ ਦੇ ਜਥੇਦਾਰ ਦੀ ਭੂਮਿਕਾ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਨਿਭਾਈ ਅਜੋਕੇ ਸਮੇਂ ਦੇ ਵਿੱਚ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਦੇ ਜਾਨਸ਼ੀਨ ਕਿਣਿਆ ਜਾ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਕਹਿ ਸਕਦੇ ਆ ਕਿ ਉਹਨਾਂ ਦਾ ਪਾਕ ਦਾਮਨ ਸੀ ਜਾਂ ਜਿਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਰਿਹਾ ਕੋਈ ਵਿਰੋਧੀ ਵੀ ਉਹਨਾਂ ਦੇ ਉੱਪਰ ਕੋਈ ਉਂਗਲ ਨਹੀਂ ਚੁੱਕ ਸਕਦਾ ਬੇਸ਼ੱਕ ਸਿਮਰਨ ਦੇ ਨਾਲ ਜੁੜੇ ਰਹਿਣ ਕਰਕੇ ਉਹ ਬਿਲਕੁਲ ਧਾਰਮਿਕ ਸਖਸ਼ੀਅਤ ਜਾਂ ਧਾਰਮਿਕ ਬਿਰਤੀ ਦੇ ਮਾਲਕ ਲੱਗਦੇ ਸਨ ਪਰ ਜਦੋਂ ਸੰਘਰਸ਼ ਨਾਲ ਜੁੜੇ ਸਿੰਘਾਂ ਦੀ ਪਾਰਵਾਈ ਪੈਰਵਾਈ ਕਰਦੇ ਜਾਂ ਫਿਰ ਜਿਹੜਾ ਸਿੱਖ ਸੰਘਰਸ਼ ਸੀ ਆਜ਼ਾਦੀ ਦੇ ਵਾਸਤੇ ਉਹਦਾ ਹਥਿਆਰਬੰਦ ਜਿਹੜਾ ਭਾਗ ਹੈ ਜੋ ਜਿਹੜਾ ਸਾਡਾ 9 ਚਨਵਰ ਗੱਥਿਆਰਬੰਦ ਚੰਗ ਲੜ ਰਿਹਾ ਸੀ ਜਿਸ ਤਰ੍ਹਾਂ ਦੇ ਨਾਲ ਖੁੱਲ ਕੇ ਉਹ ਉਹਨਾਂ ਦੀ ਹਮਾਇਤ ਕਰਦੇ ਜਾਂ ਫਿਰ ਕਿਤੇ ਨੌਜਵਾਨਾਂ ਨੂੰ ਨਜਾਇਜ਼ ਤੌਰ ਤੇ ਪੁਲਿਸ ਦੇ ਵੱਲੋਂ ਤੰਗ ਕੀਤਾ ਜਾਂਦਾ ਜਾਂ ਫਿਰ ਥਾਣਿਆਂ ਦੇ ਵਿੱਚ ਰੱਖਿਆ ਜਾਂਦਾ ਤੇ ਜਿਸ ਤਰ੍ਹਾਂ ਦੇ ਨਾਲ ਸਰਦਾਰ ਗੁਰਦੇਵ ਸਿੰਘ ਕੌਂਕੇ ਹੁਣਾਂ ਨੇ ਉਹਨਾਂ ਦੀ ਪੈਰਵਾਈ ਕੀਤੀ ਔਰ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਪਿੱਛੇ ਉਹਨਾਂ ਨੇ ਆਪਣਾ ਕਹਿ ਸਕਦੇ ਹੋ ਕਿ ਹੱਥ ਰੱਖਿਆ ਇਹਦੇ ਤੋਂ ਇੱਕ ਉਹ ਇਸ ਸੰਘਰਸ਼ ਦੇ ਵਿੱਚ ਸਿਪਾਹੀ ਦੀ ਜਿਹੜੀ ਭੂਮਿਕਾ ਉਹ ਵੀ ਨਿਭਾਰੇ ਸਨ 26 ਜਨਵਰੀ 1986 ਨੂੰ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਧਾਰਮਿਕ ਅਹੁਦਿਆਂ ਦੀਆਂ ਨਿਯੁਕਤੀਆਂ ਨੇ ਉਹ ਤਕਰੀਬਨ ਜਿਹੜੀਆਂ ਨੇ ਉਹ ਰੱਦ ਕਰਕੇ ਨਵੇਂ ਪੰਜ ਸਿੰਘ ਸਹਿਬਾਨ ਔਰ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘਾਂ ਦੀ ਚੋਣ ਕੀਤੀ ਜਾਂਦੀ ਹੈ ਜਾਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਉਹ ਅਹੁਦੇ ਜਿਹੜੇ ਨੇ ਉਹ ਮੁੜ ਬਹਾਲ ਕੀਤੇ ਜਾਂਦੇ ਨੇ ਸਿੱਖ ਭਾਵਨਾਵਾਂ ਦੇ ਮੱਦੇ ਨਜ਼ਰ ਸੋ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਜਥੇਦਾਰ ਅਕਾਲ ਤਖਸਾਲ ਜਿਹੜਾ ਉਹ ਨਿਯੁਕਤ ਕੀਤਾ ਜਾਂਦਾ ਹੈ 26 ਜਨਵਰੀ 1986 ਦੇ ਸਰਬੱਤ ਖਾਲਸਾ ਦੇ ਵੱਲੋਂ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਤਬਦੀਲੀਆਂ ਨਾ ਹੋਈਆਂ ਪਰ ਬਹੁਤ ਸਾਰੇ ਕਹਿ ਸਕਦੇ ਹੋ ਕਿ ਇੱਕ ਜਿਨ ਉਸੇ ਕਹਿੰਦੇ ਆ ਕਿ ਇੱਕ ਗੁਪਤ ਜੇ ਵਿਰੋਧ ਦੇ باوجود ਵੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾਂ ਦੀ ਜਿਹੜੀ ਨਿਯੁਕਤੀ ਹੈ ਉਸ ਦੀ ਵਿਰੋਧਤਾ ਕਿਸੇ ਨੇ ਨਹੀਂ ਕੀਤੀ ਕਿਉਂਕਿ ਉਹਨਾਂ ਦਾ ਆਪਣਾ ਅਕਸ ਹੀ ਇਤਰਾ ਸਾਫ਼ ਤੇ ਪਾਪ ਪਾਕ ਪਵਿੱਤਰ ਸੀ ਕਿ ਉਨ੍ਹਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਦੋਸ਼ ਜਾਂ ਕਿਸੇ ਤਰ੍ਹਾਂ ਦਾ ਕੋਈ ਦਾਗ ਲਗਾਇਆ ਨਹੀਂ ਸੀ ਜਾ ਸਕਦਾ ਸਿੱਖ ਸੰਘਰਸ਼ ਦਾ ਹਥਿਆਰਬੰਦ ਔਰ ਆਰੰਭ ਹੁੰਦਾ ਹੈ ਪੁਲਿਸ ਦੇ ਵੱਲੋਂ ਨਜਾਇਜ਼ ਤੌਰ ਦੇ ਉੱਪਰ ਨੌਂ ਚ ਉਹਨਾਂ ਦੀ ਫੋਟੋ ਫੜੀ ਔਰ ਜਿਸ ਤਰ੍ਹਾਂ ਦੇ ਨਾਲ ਝੂਠੇ ਮੁਕਾਬਲਿਆਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਸਿੱਖ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ਦੇ ਉੱਪਰ ਸ਼ਹੀਦ ਕੀਤਾ ਗਿਆ ਜਾਂ ਫਿਰ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਸੀ ਉਹ ਲਵਾਰਸ ਕਹਿ ਕੇ ਲਾਸ਼ਾਂ ਜਿਹੜੀਆਂ ਸੀ ਉਹਨਾਂ ਨੂੰ ਸਾੜ ਦਿੱਤਾ ਗਿਆ ਤੇ ਜਥੇਦਾਰ ਕੌਂਕੇ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਉਹ ਭੂਮਿਕਾ ਨਿਭਾ ਰਹੇ ਸਨ ਜਿਹੜੀ ਸੱਚਮੁੱਚ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫਰਜ਼ ਬਣਦਾ ਜਥੇਦਾਰ ਕੌਂਕੇ ਨੇ ਪੂਰੀ ਤਨਦੇਹੀ ਦੇ ਨਾਲ ਉਹਨਾਂ ਨੌਜਵਾਨਾਂ ਦੀ ਪੇਰਵਾਹੀ ਕੀਤੀ ਔਰ ਜਥੇਦਾਰ ਹੋਣ ਦਾ ਫਰਜ਼ ਨਿਭਾਇਆ ਜਿਹੜੇ ਨੌਚਾਨ ਪੁਲਿਸ ਦੇ ਵੱਲੋਂ ਥਾਣਿਆਂ ਦੇ ਵਿੱਚ ਨਜਾਇਜ਼ ਰੱਖੇ ਜਾਂਦੇ ਸਨ ਤਾਂ ਕੀਤੇ ਜਾਂਦੇ ਸਨ ਔਰ ਉਹਨਾਂ ਦਾ ਆਪਣਾ ਰੁਤਬਾ ਧਾਰਮਿਕ ਤੌਰ ਤੇ ਇੰਨਾ ਉੱਚਾ ਬੁਲੰਦ ਸੀ ਕਿ ਜਦੋਂ ਉਹ ਕਿਸੇ ਇਸ ਤਰ੍ਹਾਂ ਦੀ ਕਹਿ ਸਕਦੇ ਕੋ ਪੁਲਿਸ ਕਾਰਵਾਈ ਦੇ ਖਿਲਾਫ ਆਪਣਾ ਰੋ ਜਾਂ ਰੋਸ ਪ੍ਰਦਰਸ਼ਨ ਕਰਦੇ ਸਨ ਤਾਂ ਸਿੱਖ ਸੰਗਤ ਦੇ ਵੱਲੋਂ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ ਜਾਂਦਾ ਸੀ ਕਿਉਂਕਿ ਸਿੱਖ ਸੰਗਤ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਅਕਸ ਸੀ ਉਹ ਬਹੁਤ ਬੇਦਾਗ ਸੀ ਔਰ ਮੈਂ ਆਰੰਭ ਦੇ ਵਿੱਚ ਵੀ ਕਿਹਾ ਸੀ ਕਿ ਕਿਸੇ ਵੀ ਧੜੇ ਦਾ ਕੋਈ ਵਿਅਕਤੀ ਹੋਵੇ ਚਾਹੇ ਉਹ ਸਿੱਖ ਸੰਘਰਸ਼ ਦੇ ਨਾਲ ਸਹਿਮਤ ਹੋਵੇ ਜਾਂ ਅਸਹਿਮਤ ਹੋਵੇ ਪਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਜੀਵਨ ਦੇ ਉੱਪਰ ਕੋਈ ਵੀ ਦਾਗ ਨਹੀਂ ਹੈ ਜਾਂ ਉਹਨਾਂ ਦੇ ਉੱਪਰ ਉਂਗਲ ਨਹੀਂ ਚੁੱਕੀ ਜਾ ਸਕਦੀ ਔਰ ਜਿਹੜੇ ਸੰਘਰਸ਼ ਦੇ ਨਾਲ ਜੁੜੇ ਹੋਏ ਨੌਜਵਾਨ ਆਗੂ ਸੀ ਉਹ ਵੀ ਕਈ ਵਾਰੀ ਉਹਨਾਂ ਨੂੰ ਆਪਣਾ ਇੱਕ ਧਾਰਮਿਕ ਆਗੂ ਦੇ ਤੌਰ ਤੇ ਸਵੀਕਾਰ ਕਰਦੇ ਸੀਗੇ ਉਹਨਾਂ ਨੂੰ ਅਕਸਰ ਮਿਲਦੇ ਸੀ ਤੇ ਸਿੱਖ ਸੰਘਰਸ਼ ਦੀਆਂ ਜਿਹੜੀਆਂ ਬਾਤਾਂ ਉਹ ਵੀ ਪੈਂਦੀਆਂ ਸੀ ਤੇ ਸਿੱਖ ਸੰਘਰਸ਼ ਦੇ ਨਾਲ ਜਿਹੜੀ ਨੀਤੀ ਸੀ ਉਹਦੇ ਬਾਰੇ ਵੀ ਉਹ ਅਕਸਰ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਸੀ ਮੈਂ ਖੈਰ ਉਦੋਂ ਪਲੱਸ 2 ਦਾ ਵਿਦਿਆਰਥੀ ਸੀ ਤੇ ਆਪਣੇ ਕਾਲਜ ਦੇ ਇੱਕ ਸੀਨੀਅਰ ਵੀਰ ਦੇ ਨਾਲ ਉਹਨਾਂ ਨੂੰ ਪਿੰਡ ਜਾ ਕੇ ਪਹਿਲੀ ਵਾਰੀ ੱੱਕਣ ਦਾ ਇਹਨਾਂ ਅੱਖਾਂ ਤੇ ਨਾਲ ਮੌਕਾ ਮਿਲਿਆ ਸੀ ਕਿਹੜੀ ਗੱਲਬਾਤ ਹੋਈ ਉਹ ਸ਼ਾਇਦ ਮੇਰੇ ਪੱਧਰ ਤੋਂ ਬਹੁਤ ਉਚੇਰੀ ਸੀ ਮੈਂ ਮੈਨੂੰ ਨਹੀਂ ਪਤਾ ਕਿ ਉਹ ਕਿਸ ਪੱਧਰ ਦੀਆਂ ਗੱਲਾਂបਾਤਾਂ ਉਹਨਾਂ ਦੇ ਨਾਲ ਹੋ ਰਹੀਆਂ ਸੀ ਮੈਂ ਤਾਂ ਇੱਕ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ ਸੀ ਉਸ ਤੋਂ ਬਾਅਦ ਇਹ ਜਿਹੜਾ ਵੀਰ ਸੀ ਜਿਹੜਾ ਮੇਰੇ ਨਾਲ ਗਿਆ ਸੀਗਾ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਠਵਾਲ ਦੇ ਕੋਲ ਜਿਹੜਾ ਸੀਗਾ ਗੋਬਿੰਦ RAM ਦੇ ਵੱਲੋਂ ਗ੍ਰਿਫਤਾਰ ਕਰਕੇ ਤੇ ਫਿਰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਖੈਰ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਇਹਨਾਂ ਅੱਖਾਂ ਦੇ ਨਾਲ ਉਹਨਾਂ ਨੂੰ ਕਿ ਕਰੀ ਜਿਹੜਾ ਉਹ ਤੱਕਿਆ ਜਰੂਰ ਐ ਉਹਨਾਂ ਦੇ ਕੋਲ ਜਰੂਰ ਬੈਠਾ ਐ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਨੇ ਦੁੱਧ ਸ਼ਿਕਾਇਆ ਸੀ ਉਹ ਵੀ ਮੈਨੂੰ ਯਾਦ ਐ ਪਰ ਜਿਹੜੀ ਗੱਲਬਾਤ ਹੋਈ ਉਸ ਗੱਲਬਾਤ ਦੇ ਬਾਰੇ ਮੈਨੂੰ ਕੋਈ ਬਹੁਤਾ ਇਲਮ ਨਹੀਂ ਐ ਕਿਉਂਕਿ ਮੇਰਾ ਜਿਹੜਾ ਪੱਦਰ ਸੀ ਉਸ ਵੇਲੇ ਬਹੁਤ ਨੀਵਾ ਸੀ ਪਰ ਇਨਾ ਪਤਾ ਐ ਕਿ ਉਹ ਬਹੁਤ ਹੀ ਜ਼ਿਆਦਾ ਮਾਨ ਸਤਕਾਰ ਤੇ ਇੱਜ਼ਤ ਦਿੰਦੇ ਸੀ ਤੇ ਆਪਣੇ ਘਰ ਦੇ ਵਿੱਚ ਆਏ ਹੋਏ ਕਿਸੇ ਵੀ ਵਿਅਕਤੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਨਾਲ ਉਹ ਮਿਲਦੇ ਸੀ ਸੋ 26 ਜਨਵਰੀ ਦੇ ਸਰਬੱਤ ਖਾਲਸੇ ਤੋਂ ਬਾਅਦ 29 ਅਪ੍ਰੈਲ 1986 ਨੂੰ ਬਰਨਾਲਾ ਸਰਕਾਰ ਦੇ ਵੱਲੋਂ ਦਰਬਾਰ ਸਾਹਿਬ ਦੇ ਅੰਦਰ ਪੁਲਿਸ ਭੇਜੀ ਗਈ ਔਰ ਪੁਲਿਸ ਦੇ ਨਾਲ ਇਸ ਸਾਰੇ ਵਰਤਾਰੇ ਦੇ ਵਿੱਚ ਸਰਜੀਤ ਸਿੰਘ ਬਰਨਾਲਾ ਦਾ ਬੇਟਾ ਗਗਨਦੀਪ ਸਿੰਘ ਵੀ ਸ਼ਾਮਲ ਸੀ ਗੋਲੀਆਂ ਚਲਾਈਆਂ ਗਈਆਂ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਨੇੜੇ ਦੀਆਂ ਜਿਹੜੀਆਂ ਇਮਾਰਤਾਂ ਸੀ ਉਹਨਾਂ ਦੇ ਉੱਪਰ ਗੋਲੀਆਂ ਲੱਗੀਆਂ ਗੋਲੀਆਂ ਦੇ ਨਿਸ਼ਾਨ ਜਿਹੜੇ ਸੀਗੇ ਉਹ ਸਾਰੀ ਸੰਗਤ ਨੇ ਵੇਖੇ ਨੇ ਬਹੁਤ ਸਾਰੇ ਸਿੰਘ ਜਿਹੜੇ ਜਝਾਰੂ ਕਾਰਵਾਈਆਂ ਦੇ ਵਿੱਚ ਸ਼ਾਮਲ ਸਨ ਉਹ ਤਾਂ ਸਾਰੇ ਤਕਰੀਬਨ ਨਿਕਲ ਗਏ ਔਰ ਜਥੇਦਾਰ ਸਾਹਿਬ ਨੂੰ ਵੀ ਕੁਝ ਸਿੰਘਾਂ ਨੇ ਸਲਾਹ ਦਿੱਤੀ ਕਿ ਪੁਲਿਸ ਜਿਹੜੀ ਹੈ ਗ੍ਰਫਤਾਰ ਕਰ ਸਕਦੀ ਹੈ ਤੇ ਤੁਹਾਨੂੰ ਅਕਾਲਤਿਕ ਸਾਹਿਬ ਨੂੰ ਛੱਡ ਕੇ ਬਾਕੀ ਸਿੰਘਾਂ ਦੇ ਨਾਲ ਨਿਕਲ ਜਾਣਾ ਚਾਹੀਦਾ ਪਰ ਜਥੇਦਾਰ ਸਾਹਿਬ ਨੇ ਇਹ ਆਪਣਾ ਕਹਿ ਸਕਦੇ ਹੋ ਕਿ ਨਿਸ਼ਚਾ ਜाहिर ਕਰ ਦਿੱਤਾ ਕਿ ਜਦੋਂ ਮੈਨੂੰ ਅਕਾਲਤਿਕ ਸਾਹਿਬ ਦੀ ਜਥੇਦਾਰੀ ਦੀ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਇਹ ਜਥੇਦਾਰ ਦਾ ਫਰਜ਼ ਹੀ ਨਹੀਂ ਬਣਦਾ ਕਿ ਉਹ ਅਕਾਲਤਿਕ ਸਾਹਿਬ ਨੂੰ ਛੱਡ ਕੇ ਚਲਾ ਜਾਵੇ ਸੋ ਉਹਨਾਂ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਵਾਕਵਾਕ ਜ਼ਿਲ੍ਹੇ ਦੇ ਵਿੱਚ ਥਾਣਿਆਂ ਦੇ ਵਿੱਚ ਉਸ ਸਮੇਂ ਵੀ ਉਹਨਾਂ ਦੇ ਉੱਪਰ 2 ਸਾਲ ਦੇ ਕਰੀਬ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ 2 ਸਾਲ ਤੋਂ ਬਾਅਦ ਜਦੋਂ ਉਹ ਵਾਪਸ ਘਰ ਆਏ ਤਾਂ ਤਕਰੀਬਨ ਕੋਸ਼ ਦਿਨਾਂ ਬਾਅਦ ਹੀ ਆਰਐਸਐਸ ਦੀ ਸ਼ਾਖਾ ਦੇ ਉੱਪਰ ਇੱਕ ਹਮਲਾ ਹੋਇਆ ਸੀ ਗੋਲੀਬਾਰੀ ਹੋਈ ਸੀਗੀ ਤੇ ਉਸ ਤੋਂ ਬਾਅਦ ਲੁਧਿਆਣੇ ਦੇ ਐਸਐਸਪੀ ਸੁਮੇਤ ਸੈਣੀ ਨੇ 1990 ਦੇ ਵਿੱਚ ਹੀ ਫਿਰ ਇਹਨਾਂ ਨੂੰ ਚੁੱਕ ਲਿਆ ਔਰ ਉਸ ਸਮੇਂ ਦੇ ਜਿਹੜੇ ਤਸ਼ੱਦਦ ਦੇ ਗਵਾਹ ਨੇ ਉਹ ਦੱਸਦੇ ਨੇ ਕਿ ਪੁੱਠੇ ਲਟਕਾ ਕੇ ਅਨੇਕਾਂ ਦਿਨ ਇਹਨਾਂ ਦੇ ਉੱਪਰ ਘੋਰ ਤਸ਼ੱਦਦ ਜਿਹੜਾ ਸੀ ਉਹ ਕੀਤਾ ਗਿਆ ਪਰ ਗੁਨਾਹ ਕੀ ਸੀ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਜੇਕਰ ਸਿੱਖ ਧਰਮ ਦੇ ਵਿੱਚ ਅਹੁਦਾ ਵੇਖਿਆ ਜਾਵੇ ਤਾਂ ਸਭ ਤੋਂ ਉੱਚਾ ਉਹ ਸਿੱਖਾਂ ਦੀ ਜਿਹੜੀ ਸੁਪਰੀਮ ਟੈਂਪੋਰਲ ਅਥਾਰਟੀ ਹੈ ਜਿਹੜੀ ਅਕਾਲ ਤਖਤ ਸਾਹਿਬ ਉਹਦੇ ਜਥੇਦਾਰ ਦੂਸਰੀ ਗੱਲ ਕਿ ਧਾਰਮਿਕ ਤੌਰ ਦੇ ਉੱਪਰ ਜਿਹੜਾ ਉਹਨਾਂ ਦਾ ਸੰਗਤ ਦੇ ਵਿੱਚ ਬਲੰਦ ਰੁਤਬਾ ਤੀਸਰੀ ਗੱਲ ਕਿ ਮੈਂ ਜਿਹੜੀ ਗੱਲ ਪਹਿਲਾਂ ਵੀ ਕਹੀ ਆ ਕਿ ਚਾਹੇ ਵਿਰੋਧੀ ਵੀ ਹੋਣ ਉਹਨਾਂ ਦੇ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਕੋਈ ਦਾਗ ਨਹੀਂ ਉਹਨਾਂ ਦਾ ਗੁਨਾਹ ਕਿਵੇਂ ਇੰਨਾ ਹੈ ਕਿ ਉਹ ਪੁਲਿਸ ਦੇ ਵੱਲੋਂ ਨਜਾਇਜ਼ ਫੜੇ ਜਾਂਦੇ ਨੌਜਵਾਨਾਂ ਦੀ ਪਰਵਾਹੀ ਕਰਦੇ ਸਨ ਤੇ ਸਿੱਖ ਸੰਘਰਸ਼ਸ਼ੀਲ ਜਿਹੜੇ ਨੌਜਵਾਨ ਨੇ ਉਹ ਉਹਨਾਂ ਨੂੰ ਆਪਣੇ ਆਗੂ ਮੰਨ ਜਿਹੜਾ ਸੀਗਾ ਸਵੀਕਾਰ ਕਰਦੇ ਸੀ ਉਹਨਾਂ ਨਾਲ ਮੇਲ ਮਲਾਪ ਵੀ ਰੱਖ ਸਕਦੀ ਤੇ ਉਹਨਾਂ ਕੋਲੋਂ ਹਰ ਤਰ੍ਹਾਂ ਦੀ ਸਲਾਹ ਵੀ ਲੈਂਦੇ ਸੀ ਕੇਵਲ ਇਹ ਗੁਨਾਹ ਸੀ ਬਾਕੀ ਜਥੇਦਾਰ ਗੁਰਦੇਵ ਸਿੰਘ ਆਪ ਸ਼ਸ਼ਤਰਤਾਰੀ ਹੋ ਕੇ ਉਸ ਸੰਘਰਸ਼ ਦੇ ਵਿੱਚ ਨਹੀਂ ਆਏ ਪਰ ਸੰਘਰਸ਼ਸ਼ੀਲ ਸਿੰਘਾਂ ਦੇ ਨਾਲ ਇੱਕ ਧਿਰ ਬਣ ਕੇ ਉਹ ਜ਼ਰੂਰ ਖੜੇ ਹੋਏ ਸੋ ਉਸ ਤੋਂ ਬਾਅਦ ਉਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਉਹਦਾ ਕਾਰਨ ਸੀ ਕਿ 1999 ਦੇ ਵਿੱਚ ਹੀ ਬਿਦਰ ਕਾਂਡ ਵਾਪਰ ਗਿਆ ਬਿਦਰ ਇੰਜੀਨੀਅਰਿੰਗ ਕਾਂਡ ਉਹ ਵਰਤਾਰਾ ਜਦੋਂ ਬਿਦਰ ਦੇ ਇਲਾਕੇ ਦੇ ਦੱਖਣੀ ਭਾਰਤ ਦੇ ਕੁਝ ਗੈਰ ਸਿੱਖ ਵਿਦਿਆਰਥੀਆਂ ਦੇ ਵੱਲੋਂ ਉੱਥੇ ਪੜ ਰਹੇ ਸਿੱਖ ਵਿਦਿਆਰਥੀਆਂ ਦੇ ਉੱਪਰ ਬਾਜ਼ਾਰ ਦੇ ਵਿੱਚ ਹਮਲਾ ਕੀਤਾ ਇਸ ਹਮਲੇ ਦੇ ਵਿੱਚ ਕੁਝ ਸਿੱਖ ਨੌਜਵਾਨ ਜਿਹੜੇ ਸੀਗੇ ਉਹਨਾਂ ਦੀਆਂ ਜਾਨਾਂ ਵੀ ਗਈਆਂ ਆ ਜਾ ਕੇ ਇਹ ਜਿਹੜੀ ਲੜਾਈ ਬੇਸ਼ੱਕ ਕਾਲਜ ਦੇ ਨੌਜਵਾਨਾਂ ਦੀ ਸੀ ਪਰ ਉੱਥੋਂ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਸਿੱਖ ਤੇ ਗੈਰ ਸਿੱਖ ਦੀ ਰੰਗਤ ਦੇ ਦਿੱਤੀ ਗਈ ਪ੍ਰਬੰਧਕਾਂ ਦਾ ਰੋਲ ਜਿਹੜਾ ਬਹੁਤ ਹੀ ਨਕਾਰਾਤਮਕ ਰਿਹਾ ਗੁਰੂ ਨਾਨਕ ਗੁਰਦਵਾਰਾ ਪ੍ਰਬੰਧਕ ਕਮੇਟੀ ਬਿਦਰ ਤੇ ਇੰਜੀਨੀਅਰ ਕਾਲਜ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਜੋਗਾ ਸਿੰਘ ਉਸ ਦੀ ਭੂਮਿਕਾ ਜਿਹੜੀ ਸੀ ਬਹੁਤ ਨਕਾਰਾਤਮਕ ਰਹੀ ਔਰ ਉਸ ਨਕਾਰਾਤਮਕ ਭੂਮਿਕਾ ਦੇ ਦੌਰਾਨ ਹੀ ਫਿਰ ਸਿੰਘਾਂ ਨੇ ਉਸ ਨੂੰ ਸੋਧਿਆ ਤੇ ਜਿਹੜੇ ਹੋਰ ਵੀ ਕੁਝ ਲੋਕ ਸੀ ਸਿੱਖ ਨੌਜਵਾਨਾਂ ਦੇ ਕਤਲਾਂ ਦੇ ਵਿੱਚ ਸ਼ਾਮਲ ਉਹਨਾਂ ਦਾ ਵੀ ਸੋਧਾ ਲਗਾਇਆ ਗਿਆ ਬਦਲਾਆ ਗਿਆ ਜਿਹੜੇ ਵੀਰਾਂ ਨੇ ਇਸ ਜੋਗਾ ਸਿੰਘ ਦਾ ਸੋਧਾ ਲਾਇਆ ਉਹ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸਨ ਤੇ ਬਾਅਦ ਦੇ ਵਿੱਚ ਸੰਘਰਸ਼ ਦੀ ਚੱਲਦੀ ਲਹਿਰ ਦੇ ਵਿੱਚ ਉਹ ਵੀ ਸਿੰਘ ਜਿਹੜੇ ਸੀਗੇ ਉਹ ਸ਼ਹਾਦਤਾਂ ਪ੍ਰਾਪਤ ਕਰ ਗਏ ਬਿਦਰ ਕਾਂਡ ਦੇ ਵਿੱਚ ਇਹਨਾਂ ਦੀ ਕੋਈ ਭੂਮਿਕਾ ਨਹੀਂ ਸੀ ਪਰ ਸਿਰਫ ਇਹ ਸਮਝ ਕੇ ਸਰਕਾਰ ਦੇ ਵੱਲੋਂ ਕਿ ਸ਼ਾਇਦ ਜਿਹੜਾ ਉੱਥੇ ਸਾਰਾ ਵਰਤਾਰਾ ਵਾਪਰਿਆ ਉਹਦੇ ਵਿੱਚ ਇਹਨਾਂ ਦੇ ਕੋਲ ਉਹ ਸਲਾਹ ਜ਼ਰੂਰ ਜਿਹੜੀ ਹੈ ਉਹ ਸਿੱਖ ਨੌਜਵਾਨਾਂ ਨੇ ਲਈ ਹੋਵੇਗੀ ਸੋ ਉਸ ਸਾਜ਼ਿਸ਼ ਦਾ ਬਹਾਨਾ ਬਣਾ ਕੇ ਵੀ ਇਹਨਾਂ ਨੂੰ ਫਿਰ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ 19ਵੀ 1991 ਦੇ ਵਿੱਚ ਫਿਰ ਪੁਲਿਸ ਨੇ ਗ੍ਰਿਫਤਾਰ ਕੀਤਾ ਤਸ਼ੱਦਦ ਕੀਤਾ ਫਿਰ ਡੇਢ ਸਾਲ ਇਹਨਾਂ ਦਾ ਜੇਲ੍ਹ ਦੇ ਵਿੱਚ ਬੀਤ ਗਿਆ ਤੇ 1992 ਦਾ ਸਾਰਾ ਸਾਲ ਬੇਸ਼ੱਕ ਕਿ 25 ਦਸੰਬਰ 1992 ਨੂੰ ਜਦੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਂਦਾ ਉਸ ਤੋਂ ਬਾਅਦ ਤਾਂ ਘਰ ਆਏ ਨਹੀਂ ਸ਼ਹਾਦਤ ਹੋ ਗਈ ਪਰ 1992 ਦਾ ਜੇਕਰ ਸਾਰਾ ਸਾਲ ਤੁਸੀਂ ਵੇਖੋ ਤੇ ਉਹਨਾਂ ਦਾ ਸਾਰਾ ਸਾਲ ਥਾਣਿਆਂ ਦੇ ਵਿੱਚ ਘਰ ਦੇ ਵਿੱਚ ਥਾਣਿਆਂ ਦੇ ਵਿੱਚ ਘਰ ਦੇ ਵਿੱਚ ਐਵੇਂ ਬੀਤਦਾ ਕਿ ਉਹਨਾਂ ਨੂੰ ਲਿਜਾਇਆ ਜਾਂਦਾ ਹੈ ਥਾਣੇ ਦੇ ਫਿਰ ਕੁਝ ਦਿਨਾਂ ਬਾਅਦ ਤਸ਼ੱਦਦ ਕਰਨ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ ਫਿਰ ਲਿਜਾਇਆ ਜਾਂਦਾ ਹੈ ਫਿਰ ਛੱਡਿਆ ਦਿੱਤਾ ਜਾਂਦਾ ਹੈ ਸੋ 1992 ਦੇ ਵਿੱਚ ਤਾਂ ਇੰਝ ਲੱਗਦਾ ਹੈ ਕਿ ਅਣਗਿਣਤ ਜਿਹੜੀਆਂ ਉਹ ਥਾਣਿਆਂ ਦੀਆਂ ਉਹਨਾਂ ਦੀਆਂ ਜਿਹੜੀਆਂ ਕਹਿ ਸਕਦੇ ਹੋ ਕਿ ਨਜਾਇਜ਼ ਪੇਸ਼ੀਆਂ ਜਿਹੜੀਆਂ ਨੇ ਉਹੀ ਚੱਲਦੀਆਂ ਰਹੀਆਂ ਹੁਣ ਜਿਹੜੇ ਹਥਿਆਰਬੰਦ ਸਿੱਖ ਸੰਘਰਸ਼ ਦੇ ਜਿਹੜੇ ਕਹਿ ਸਕਦੇ ਹੋ ਕਿ ਹਮਾਇਤੀ ਵੀਰ ਨੇ ਉਹਨਾਂ ਦੀ ਪੈਰਵਾਹੀ ਕਰਨੀ ਹੀ ਇਨਰ ਸਭ ਤੋਂ ਵੱਡਾ ਗੁਨਾਹ ਸੀ 1992 ਦੇ ਅਖੀਰ ਦੇ ਵਿੱਚ 25 ਦਸੰਬਰ ਨੂੰ ਸਾਰੇ ਪਿੰਡ ਦੇ ਸਾਹਮਣੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਨੂੰ ਥਾਣੇ ਦੇ ਵਿੱਚ ਰੱਖਿਆ ਗਿਆ ਇੱਕ ਹਫਤਾ ਲਗਾਤਾਰ ਇਹਨਾਂ ਦੇ ਉੱਪਰ ਉਹ ਤਸ਼ੱਦਦ ਹੁੰਦਾ ਰਿਹਾ ਜਿਸ ਨੂੰ ਨਾ ਤੇ ਸ਼ਬਦਾਂ ਦੇ ਵਿੱਚ ਲਿਖਿਆ ਜਾ ਸਕਦਾ ਤੇ ਨਾ ਬਿਆਨ ਕੀਤਾ ਜਾ ਸਕਦਾ ਜਿਹੜੇ ਚਸ਼ਮਦੀਦ ਗਵਾਹ ਨੇ ਉਹ ਦੱਸਦੇ ਨੇ ਕਿ ਸਵਰਨ ਘੋਟਨੇ ਨੇ ਇਹਨਾਂ ਨੂੰ ਜੀਪ ਦੇ ਨਾਲ ਟੱਕਰਾ ਮਾਰੀਆਂ ਇਹਨਾਂ ਦੀਆਂ ਲੱਤਾਂ ਨੂੰ ਦਰੜਿਆ ਕੁਝ ਚਸ਼ਮਦੀਦ ਗਵਾਹ ਇਹ ਵੀ ਦੱਸਦੇ ਨੇ ਕਿ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਕਿ ਇਹਨਾਂ ਦੀ ਜਿਹੜੀ ਇੱਕ ਅੱਖ ਸੀ ਉਹ ਵੀ ਨਿਕਲ ਗਈ ਬੇਇਤਹਾਸ਼ਾ ਤਸ਼ੱਦਦ ਔਰ ਇਹ ਜਿਹੜੀ ਕਹਿ ਸਕਦੇ ਹੋ ਕਿ ਤਸ਼ੱਦਦ ਤੋਂ ਬਾਅਦ ਲਗਾਤਾਰ ਜਿਹੜੀ ਸ਼ਹਾਦਤ ਦੀ ਕਹਾਣੀ ਕਢੀ ਗਈ ਉਹ ਵੀ ਬੜੀ ਵੱਖਰੀ ਹੈ ਇਹ ਕਿਹਾ ਗਿਆ ਕਿ ਉਹ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ ਪਰ ਜਿਸ ਤਰ੍ਹਾਂ ਦਾ ਤਸ਼ੱਦਦ ਉਹਨਾਂ ਦੇ ਉੱਪਰ ਕੀਤਾ ਗਿਆ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਤਸੀਹੇ ਦਿੱਤੇ ਗਏ ਲਗਾਤਾਰ 8 ਦਿਨ ਕਿਉਂਕਿ 1 ਜਨਵਰੀ ਨੂੰ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਹ ਤਕਰੀਬਨ ਹੋ ਜਾਂਦੀ ਹੈ ਪਰ 25 ਦਸੰਬਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦੇ ਜਿਹੜੇ ਥਾਣੇ ਦੇ ਵਿੱਚ ਜਾਂ ਉਹਨਾਂ ਦੇ ਤਸੀਹੇ ਕੇਂਦਰਾਂ ਦੇ ਵਿੱਚ ਜਿਹੜੇ ਹਾਲਾਤ ਸੀ ਉਹਦੇ ਬਾਰੇ ਇੱਕ ਬੀਬੀ ਗਰਮੇਲ ਕੋਰ ਬਜ਼ੁਰਗ ਬੀਬੀ ਹੈ ਜਿਹੜੀ ਦੱਸਦੀ ਹੈ ਕਿ 27 ਦਸੰਬਰ ਨੂੰ ਜਦੋਂ ਮੈਂ ਠਾਣੇ ਗਈ ਤਾਂ ਜਥੇਦਾਰ ਗੁਰਦੇਵ ਸਿੰਘ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਸੀ ਲੱਤਾਂ ਟੁੱਟੀਆਂ ਹੋਈਆਂ ਸੀ ਨੀਲੀਆਂ ਹੋਈਆਂ ਸੀ ਸਾਰਾ ਸਰੀਰ ਪਿੰਜਿਆ ਪਿਆ ਸੀ ਤੇ ਨੀਂਮ बेहोਸ਼ੀ ਦੀ ਹਾਲਤ ਦੇ ਵਿੱਚ ਇੱਕ Laash ਦੇ ਵਾਂਗ ਸੁੱਟੇ ਪਏ ਸਨ ਇਸੇ ਤਰ੍ਹਾਂ 14 ਮਈ 1988 ਨੂੰ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਵੱਲੋਂ ਮਨੁੱਖੀ ਅਧਿਕਾਰਾਂ ਦੇ ਉੱਪਰ ਇੱਕ ਸੈਮੀਨਾਰ ਲੁਧਿਆਣਾ ਵਿਖੇ ਕਰਾਇਆ ਗਿਆ। ਔਰ ਉਹਦੇ ਵਿੱਚ ਇੱਕ ਸਾਬਕਾ ਸਿਪਾਹੀ ਉਸ ਸਿਪਾਹੀ ਜਿਹੜਾ ਜਥੇਦਾਰ ਗੁਰਦੇਵ ਸਿੰਘ ਹੋਣਾ ਦੇ ਜਿਹੜਾ ਤਸ਼ੱਦਦ ਦੇ ਜਿਹੜੇ ਦਿਨ ਨੇ ਉਹਨਾਂ ਦੇ ਦੌਰਾਨ ਉਸ ਥਾਣੇ ਦੇ ਵਿੱਚ ਸੀ ਉਸ ਸਾਬਕਾ ਸਿਪਾਹੀ ਦਰਸ਼ਨ ਸਿੰਘ ਨੇ ਉਹ ਸੈਮੀਨਾਰ ਦੇ ਵਿੱਚ ਬਤੌਰ ਚਸ਼ਮਦੀਦ ਗਵਾਹ ਇਹ ਬਿਆਨ ਕੀਤਾ ਕਿ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ। ਉਹਨਾਂ ਦੇ ਜਿਹੜੇ ਸਾਰੇ ਅੰਗ ਪੈਰ ਸੀ ਉਹ ਤੋੜ ਦਿੱਤੇ ਗਏ ਲੱਤਾਂ ਤੋੜ ਦਿੱਤੀਆਂ ਗਈਆਂ ਜਿਹੜੇ ਅਸੀਂ ਆਮ ਤਸ਼ੱਦਦ ਦੀ ਕਹਿ ਸਕਦੇ ਹਾਂ ਕਿ ਵਰਤਾਰੇ ਪੰਜਾਬ ਪੁਲਿਸ ਦੇ ਵੱਲੋਂ ਬਹੁਤ ਸਾਰੇ ਚਸ਼ਮਦੀਦ ਗਵਾਹਾਂ ਦੇ ਕੋਲੋਂ ਸੁਣਦੇ ਹਾਂ ਕਿ ਪੱਟ ਚੀਰ ਦਿੱਤੇ ਗਏ ਜਾਂ ਫਿਰ ਕਹਿ ਸਕਦੇ ਹੋ ਕਿ ਚੱਡੇ ਪਾੜ ਦਿੱਤੇ ਗਏ ਉੱਠਾ ਲਮਕਾ ਕੇ ਰੱਖਿਆ ਗਿਆ ਸੌਣ ਨਾ ਦਿੱਤਾ ਗਿਆ ਅੱਖ ਕੱਢ ਦਿੱਤੀ ਗਈ ਇਹ ਸਾਰਾ ਤਸ਼ੱਦਦ ਜਿਹੜਾ ਸੀਗਾ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਉੱਪਰ ਕੀਤਾ ਗਿਆ ਇੱਕ ਹੋਰ ਚਸ਼ਮਦੀਦਗਵਾ ਅਮਰਜੀਤ ਸਿੰਘ ਸਵਰਨ ਕੋਟਨੇ ਦੇ ਬਾਰੇ ਦੱਸਦਾ ਹੈ ਕਿ ਉਹਨਾਂ ਦੀ ਛਾਤੀ ਦੇ ਵਿੱਚ ਵੀ ਗੋਲੀ ਜਿਹੜੀ ਸੀ ਉਹ ਮਾਰੀ ਗਈ ਉਹ ਸ਼ਾਇਦ ਉਹ ਦਿਨ ਹੋਵੇਗਾ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੋਵੇਗਾ ਕਿ ਇੰਨੇ ਤਸ਼ੱਦਦ ਤੋਂ ਬਾਅਦ ਹੁਣ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਅਖੀਰ ਸ਼ਹਾਦਤ ਦਾ ਚਾਹ ਮੀ ਪਿਉਣਾ ਤੇ ਉਸ ਵੇਲੇ ਫਿਰ ਸਵਰਨਕੋਟ ਨੇ ਗੋਲੀ ਮਾਰੀ ਇੱਕ ਗਵਾਹ ਨੇ ਤਾਂ ਇਥੋਂ ਤੱਕ ਵੀ ਇੱਕ ਛੋਟੇ ਜਿਹੇ ਬਿਆਨ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਬਹੁਤ ਹੀ ਮਸ਼ਹੂਰ ਤਸ਼ੱਦਦ ਕਰਨ ਵਾਲਾ ਉਹ ਪੁਲਿਸ ਅਫਸਰ ਅਜੀਤ ਸੰਧੂ ਜਿਸ ਨੂੰ ਇੱਕ ਬਦਨਾਮ ਪੁਲਿਸ ਅਫਸਰ ਦੇ ਤੌਰ ਤੇ ਜਾਣਿਆ ਜਾਂਦਾ ਹੈ ਜਿਸ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਵੀ ਤਸ਼ੱਦਦ ਕਰਕੇ ਸ਼ਹੀਦ ਕੀਤਾ ਤੇ ਹੋਰ ਵੀ ਬਹੁਤ ਸਾਰੇ ਐਸੇ ਕੇਸਾਂ ਦੇ ਵਿੱਚ ਜਿੱਥੇ ਨਾਜਾਇਜ਼ ਨੌਜਵਾਨਾਂ ਨੂੰ ਜਿਹੜਾ ਸੀ ਬਿਨਾਂ ਕਿਸੇ ਕਾਰਨ ਦੇ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ ਅਜੀਤ ਸੰਧੂ ਨੇ ਵੀ ਜਥੇਦਾਰ ਗੁਰਦੇਵ ਸਿੰਘ ਉਹਨਾਂ ਦੇ ਉੱਪਰ ਆ ਕੇ ਬਹੁਤ ਸਾਰਾ ਤਸ਼ੱਦਦ ਕੀਤਾ ਖੈਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਸਕਦੇ ਆ ਕਿ ਬੇਸ਼ੱਕ ਸਰਬੱਤ ਖਾਲਸਾ ਦੇ ਵੱਲੋਂ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸੌਂਪੀ ਗਈ ਸੀ ਪਰ ਸਮੁੱਚੀ ਕੌਮ ਦੇ ਵਿੱਚ ਉਹਨਾਂ ਨੂੰ ਪ੍ਰਵਾਨਗੀ ਮਿਲੀ ਕੌਮ ਦੇ ਹਰ ਵਰਗ ਨੇ ਉਹਨਾਂ ਨੂੰ ਬਤੌਰ ਜਥੇਦਾਰ ਪ੍ਰਵਾਨ ਕੀਤਾ ਜੀਵਨ ਐਸਾ ਸੀ ਕਿ ਬਹੁਤ ਹੀ ਜ਼ਿਆਦਾ ਗੁਰਬਾਣੀ ਦੇ ਰਸੀਏ ਸਨ ਔਰ ਮੈਂ ਜਿਹੜੀ ਗੱਲ बार-बार ਇਸ ਕਰਕੇ ਦੁਹਰਾ ਰਿਹਾ ਹਾਂ ਕਿ ਅਕਾਲੀ ਫੂਲਾ ਸਿੰਘ ਦੇ ਵਾਰਿਸ ਉਹਨਾਂ ਨੂੰ ਗਿਣਿਆ ਜਾ ਸਕਦਾ ਅੱਜ ਦੇ ਸਮੇਂ ਦੇ ਵਿੱਚ ਕਿ ਉਹਨਾਂ ਦੇ ਜੀਵਨ ਦੇ ਉੱਪਰ ਕੋਈ ਵੀ ਦਾਗ ਨਹੀਂ ਸੀ ਉਨ੍ਹਾਂ ਦੀ ਜਿਹੜੀ ਇਹ ਪੁਲਿਸ ਤਸ਼ੱਦਦ ਦੇ ਦੌਰਾਨ ਹੋਈ ਸ਼ਹਾਦਤ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਘੜੀ ਗਈ ਝੂਠੀ ਕਹਾਣੀ ਕਿ ਪੁਲਿਸ ਹਰਾਸਤ ਦੇ ਵਿੱਚੋਂ ਫਰਾਰ ਹੋ ਗਏ ਨੇ ਇਹਦੇ ਬਾਰੇ ਜਦੋਂ ਸਰਕਾਰ ਦੇ ਉੱਪਰ ਦਬਾਅ ਬਣਿਆ ਕਿ ਜਾਂਚ ਕਰਵਾਈ ਜਾਏ ਸਾਰਾ ਘਟਨਾਕਰਮ ਵਾਪਰਿਆ ਕਿਵੇਂ ਆ ਤਾਂ ਉਸ ਵੇਲੇ ਅਕਾਲੀ ਸਰਕਾਰ ਦੇ ਵੱਲੋਂ ਤਕਰੀਬਨ 3 ਦਹਾਕੇ ਬੀਤ ਗਏ ਨੇ ਇਸ ਰਿਪੋਰਟ ਦੇ ਬਾਰੇ ਵੀ ਮੈਂ ਅਗਲੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਕਿ ਉਸ ਵੇਲੇ ਅਕਾਲੀ ਸਰਕਾਰ ਦੇ ਵੱਲੋਂ ਇੱਕ ਜਾਂਚ ਕਮਿਸ਼ਨ ਜਿਹੜਾ ਸੀ ਉਹ ਕਾਇਮ ਕੀਤਾ ਗਿਆ ਜਿਹੜਾ ਐਡੀਸ਼ਨਲ ਡੀਜੀਪੀ ਬੀਪੀ ਤਿਵਾੜੀ ਬੜੇ ਇਮਾਨਦਾਰ ਅਫਸਰ ਜਿਹੜੇ ਨੇ ਉਹ ਮੰਨੇ ਜਾਂਦੇ ਸੀ ਬੇਸ਼ੱਕ ਮੈਂ ਇੱਕ ਗੱਲ ਵੀ ਕਹਿ ਦਵਾਂ ਕਿ ਹਰ ਕੌਮ ਦੇ ਵਿੱਚ ਸਾਰੇ ਲੋਕ ਮਾੜੇ ਨਹੀਂ ਹੁੰਦੇ ਬੇਸ਼ੱਕ ਜੇਕਰ ਅਸੀਂ ਸੰਘਰਸ਼ ਦੀ ਗੱਲ ਵੇਖੀਏ ਤਾਂ ਜਿਹੜੇ ਅਫਸਰ ਆਪਣੇ ਆਪ ਦੇ ਵਿੱਚ ਸਾਨੂੰ ਸਿੱਖ ਲੱਗਦੇ ਨੇ ਉਹਨਾਂ ਸਿੱਖ ਨੂੰ ਜੋ ਉਹਨਾਂ ਤੇ ਵੱਧ ਤਸ਼ੱਦਦ ਕੀਤਾ ਹੈ ਪਰ ਇਹ ਜਿਹੜੇ ਐਡੀਸ਼ਨਲ ਡੀਜੀਪੀ ਬੀਪੀ ਤਿਵਾੜੀ ਇਹਨਾਂ ਨੇ ਜਿਹੜੇ ਇੱਕ ਕਾਬਲ ਅਫੀਸਰ ਤੇ ਇਮਾਨਦਾਰ ਅਫੀਸਰ ਸੀ ਜਿਹੜੇ ਹੁਣ ਤੱਕ ਦੇ ਸਰੋਤਾਂ ਤੋਂ ਪਤਾ ਲੱਗਦਾ ਹੈ ਬਾਕੀ ਮੈਂ ਬਹੁਤੀ ਡੁੰਗਾਈ ਦੇ ਬਾਰੇ ਉਹਨਾਂ ਦੇ ਨਿੱਜੀ ਜੀਵਨ ਦੇ ਬਾਰੇ ਤਾਂ ਕੁਝ ਨਹੀਂ ਜਾਣਦਾ ਪਰ ਜਿਹੜੀ ਉਹਨਾਂ ਦੀ ਰਿਪੋਰਟ ਹੈ ਪਰ ਬਹੁਤ ਹੀ ਬਰੀਕੀ ਦੇ ਨਾਲ ਜਾਂਚ ਕਰਨ ਉਪਰੰਤ ਜਦੋਂ ਇਹ ਰਿਪੋਰਟ ਮੁਕੰਮਲ ਹੋਈ ਸਰਕਾਰ ਨੂੰ ਸੌਂਪ ਦਿੱਤੀ ਗਈ ਪਰ ਅੱਜ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ 22 ਫਰਵਰੀ 2000 ਦੇ ਵਿੱਚ ਇਸੇ ਹੀ ਐਡੀਸ਼ਨਲ ਡੀਜੀਪੀ ਬੀਪੀ ਤਿਵਾੜੀ ਦਾ ਇੱਕ ਲੀਕ ਚੱਗਬਣੀ ਅਖਬਾਰ ਦੇ ਵਿੱਚ ਛਪਿਆ ਛੋਟਾ ਜਿਹਾ ਬਿਆਨ ਟਾਈਪ ਸੀ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਦੱਸਿਆ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਪੁਲਿਸ ਤਸ਼ੱਦਦ ਦੇ ਦੌਰਾਨ ਹੋਈ ਤੇ ਜਿਹੜੇ ਪੁਲਿਸ ਅਫੀਸਰ ਨੇ ਉਹ ਦੋਸ਼ੀ ਨੇ ਪਰ ਅਕਾਲੀ ਸਰਕਾਰ ਦੇ ਵੱਲੋਂ ਇਨਾ ਸਮਾਂ ਹੋ ਗਿਆ ਤਕਰੀਬਨ 2.5 ਦਹਾਕਿਆਂ ਤੋਂ ਵੱਧ ਸਮਾਂ ਜਦੋਂ ਤੱਕ ਉਹ ਰਿਪੋਰਟ ਜਿਹੜੀ ਹੈ ਉਹ ਆ ਚੁੱਕੀ ਹੈ ਨਾ ਤੇ ਕਾਰਵਾਈ ਕੀਤੀ ਗਈ ਤੇ ਨਾ ਉਸ ਰਿਪੋਰਟ ਨੂੰ ਜਨਤਕ ਕੀਤਾ ਗਿਆ ਕੁਝ ਵੀਰਾਂ ਦੇ ਕੋਲ ਉਸ ਰਿਪੋਰਟ ਦੇ ਕੁਝ ਅੰਸ਼ ਹੈ ਵੀ ਨੇ ਪਰ ਨਾ ਕਾਰਵਾਈ ਕਰਨ ਦਾ ਕਾਰਨ ਤੁਸੀਂ ਸਾਰੇ ਸਮਝ ਦਿਓ ਕਿ ਜਿਹੜੇ ਉਹ ਪੁਲਿਸ ਅਫਸਰ ਜਿਹੜੇ ਬਦਨਾਮ ਨੇ ਸਿੱਖ ਨੌਜਵਾਨਾਂ ਦੇ ਉੱਪਰ ਤਸ਼ੱਦਦ ਕਰਨ ਦੇ ਵਿੱਚ ਉਹ ਤਾਂ ਅਕਾਲੀ ਦਲ ਦੇ ਜੁੰਡੀ ਦੇ ਯਾਰ ਰਹੇ ਜਾਂ ਕਹਿ ਸਕਦੇ ਲੰਗੋਟੀਆਂ ਝਾਰ ਰਹੇ ਚਾਹੇ ਉਹ ਸਮੀਤ ਸੈਣੀ ਸੀ ਤੇ ਚਾਹੇ ਕਈ ਹੋਰ ਸੋ ਇਹਨਾਂ ਸਾਰੇ ਪੁਲਿਸ ਅਫਸਰਾਂ ਨੂੰ ਬਚਾਉਣ ਦੇ ਵਾਸਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਤਸ਼ੱਦਦ ਦੇ ਦੌਰਾਨ ਹੋਈ ਸ਼ਹਾਦਤ ਦੀ ਜਿਹੜੀ ਜਾਂਚ ਸੀ ਉਹਦਾ ਕੋਈ ਵੀ ਪੜਾ ਜਿਹੜਾ ਸੀ ਉਹ ਅੱਗੇ ਨਾ ਵਧਿਆ ਵੈਸੇ ਅਕਾਲੀ ਸਰਕਾਰ ਦਾ ਇਹ ਮੁਢਲਾ ਫਰਜ਼ ਬਣਦਾ ਸੀ ਕਿਉਂਕਿ ਅਕਾਲੀ ਸਰਕਾਰ ਆਪਣੇ ਆਪ ਨੂੰ ਸਿੱਖਾਂ ਦੀ ਪੰਥਕ ਧਿਰ ਜਿਹੜੀ ਹੈ ਉਹ ਅਖਵਾਉਂਦੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੀ ਕਹਿ ਸਕਦੇ ਹੋ ਕਿ ਇੱਕ ਖੜਕਪੂ ਜਿਆਦੇ ਤੌਰ ਦੇ ਉੱਪਰ ਅਕਾਲੀ ਦਲ ਨੂੰ ਗਿਣਿਆ ਜਾਂਦਾ ਸੀ ਔਰ ਉਸ ਅਕਾਲ ਤਖਬ ਦੇ ਜਥੇਦਾਰ ਦੀ ਅਕਾਲੀ ਸਰਕਾਰ ਦੇ ਵੱਲੋਂ ਕੀਤੀ ਗਈ ਜਾਂਚ ਨੂੰ ਜਨਤਕ ਨਾ ਕਰਨਾ ਤੇ ਜਿਹੜੇ ਦੋਸ਼ੀ ਪੁਲਿਸ ਅਫੀਸਰ ਨੇ ਉਹਨਾਂ ਨੂੰ ਸਜ਼ਾ ਨਾ ਦੇਣਾ ਇਹਦੇ ਤੋਂ ਸਪਸ਼ਟ ਹੋ ਗਿਆ ਕਿ ਜਿਹੜੇ ਦੋਸ਼ੀ ਪੁਲਿਸ ਅਫੀਸਰ ਸਨ ਜਿਹੜਿਆਂ ਦੇ ਨਾਲ ਇਹਨਾਂ ਦਾ ਖਾਸ ਰਾਨਾ ਸੀ ਉਹਨਾਂ ਨੂੰ ਬਚਾਉਣਾ ਹੀ ਇਹਨਾਂ ਦਾ ਮੰਤਵ ਸੀ ਜਦੋਂ ਕਿ ਫਰਜ ਇਹ ਬਣਦਾ ਸੀ ਕਿ ਇਹ ਕੋਈ ਆਮ ਘਟਨਾ ਕਰਮ ਨਹੀਂ ਸੀ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੁਲਿਸ ਦਸ਼ਦਤ ਦੇ ਦੌਰਾਨ ਹੋਈ ਸ਼ਹਾਦਤ ਦੀ ਗੱਲ ਸੀ ਕਾਂਗਰਸ ਸਰਕਾਰ ਆਈ ਉਹਦੇ ਤੋਂ ਤਾਂ ਇਸ ਬਾਰੇ ਕੋਈ ਆਸ ਹੀ ਨਹੀਂ ਰੱਖੀ ਜਾ ਸਕਦੀ ਕਿਉਂਕਿ ਉਹਨਾਂ ਦੇ ਰਾਜਕਾਲ ਦੇ ਵਿੱਚ ਤਾਂ ਇਹ ਸਭ ਕੁਝ ਵਾਪਰਦਾ ਰਿਹਾ ਪਰ ਹੁਣ ਅਜੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਜ਼ਾਮਨਾ ਪਰ ਜੇ ਕਿਤੇ ਅੱਜ ਵੀ ਆਮ ਆਦਮੀ ਪਾਰਟੀ ਵੀ ਕਿਤੇ ਆਪਣੀ ਮਨੁੱਖੀ ਅਧਿਕਾਰਾਂ ਪ੍ਰਤੀ ਸਹਿਰਦਤਾਨ ਨੂੰ ਨਭਉਂਦੇ ਹੋਏ ਕਿਤੇ ਉਹ ਜਾਂਚ ਰਿਪੋਰਟ ਜਨਤਕ ਕਰਕੇ ਜਿਹੜੇ ਪੁਲਿਸ ਅਧਿਕਾਰੀ ਉਸ ਸਾਰੇ ਵਰਤਾਰੇ ਦੇ ਵਿੱਚ ਸ਼ਾਮਲ ਨੇ ਜੇਕਰ ਉਹਨਾਂ ਨੂੰ ਜੋਗ ਸਜ਼ਾਵਾ ਦਿੱਤੀਆਂ ਜਾਣ ਕਿਉਂਕਿ ਇਹ ਕੇਵਲ ਤੇ ਕੇਵਲ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਕਿਸੇ ਆਮ ਘਟਨਾ ਤੱਕ ਸੀਮਿਤ ਵਰਤਾਰਾ ਨਹੀਂ ਹੈ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜਾ ਸਿੱਖਾਂ ਦਾ ਸਭ ਤੋਂ ਉੱਚ ਅਹੁਦਾ ਹੈ ਉਸ ਅਹੁਦੇ ਤੇ ਰਤਬੇ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਨੂੰ ਇਸ ਮੈਂ ਕਹਿਣਾ ਹੈ ਕਿ ਇੱਕ ਜਿਹਨੂੰ ਅਸੀਂ ਕਹਿੰਨੇ ਪੁੰਨ ਖਟਣਾ ਚਾਹੀਦਾ ਹੈ ਕਿ ਉਹ ਜਿਹੜੀ ਜਾਂਚ ਰਿਪੋਰਟ ਹੈ ਬੀਪੀ ਤਵਾੜੀ ਵਾਲੀ ਜਿਹੜੀ ਐਡੀਸ਼ਨਲ ਡੀਜੀਪੀ ਨੇ ਜਿਹੜੀ ਕੀਤੀ ਸੀ ਉਸ ਨੂੰ ਜਨਤਕ ਕਰਕੇ ਔਰ ਜਿਹੜੇ ਦੋਸ਼ੀ ਅਧਿਕਾਰੀ ਨੇ ਉਹਨਾਂ ਨੂੰ ਜਿਹੜੀ ਆ ਉਹ ਸਜ਼ਾ ਦਿੱਤੀ ਜਾਵੇ ਤਾਂ ਇੰਜ ਲੱਗੇਗਾ ਕਿ ਸੱਚਮੁੱਚ ਮਨੁੱਖੀ ਅਧਿਕਾਰਾਂ ਦੀ ਬਰਕਰਾਰ ਕਰਨ ਦੇ ਪਾਸੇ ਕਮ ਸੇ ਕਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਕਦਮ ਤੇ ਪੁੱਟਿਆ ਪਰ ਜੇਕਰ ਇਸੇ ਤਰ੍ਹਾਂ ਦੇ ਨਾਲ ਇਹੀ ਵਰਤਾਰੇ ਵਾਪਰਦੇ ਰਹੇ ਇੱਕ ਆਮ ਬੰਦੇ ਦੀ ਗੱਲ ਨਹੀਂ ਹੈ ਇਹ ਕੌਮ ਦੇ ਉਸ ਜਥੇਦਾਰ ਦੀ ਗੱਲ ਹੈ ਜਿਸ ਨੇ ਇਸ ਸਦੀ ਦੇ ਵਿੱਚ ਅਕਾਲੀ ਫੂਲਾ ਸਿੰਘ ਦੇ ਵਾਰਿਸ ਹੋਣ ਦਾ ਜਿਹੜਾ ਕਹਿ ਸਕਦੇ ਹੋ ਕਿ ਪ੍ਰਗਟਾ ਕੀਤਾ ਸੋ ਉਸ ਜਥੇਦਾਰ ਸਾਹਿਬ ਦੀ ਸ਼ਹਾਦਤ ਨੂੰ ਜਿੱਥੇ ਪ੍ਰਣਾਮ ਕਰਦੇ ਹਾਂ ਉੱਥੇ ਇਨ੍ਹਾਂ ਸਰਕਾਰਾਂ ਨੂੰ ਵੀ ਇਸ ਮਾਧਿਅਮ ਦੇ ਰਾਹੀਂ ਬੇਨਤੀ ਕਰਦੇ ਹਾਂ ਕਿ ਇਹ ਕੋਈ ਛੋਟੀ ਗੱਲ ਨਹੀਂ ਹੈ ਇਹ ਕੋਈ ਆਮ ਵਿਅਕਤੀ ਦੀ ਸ਼ ਤਸ਼ੱਦਦ ਦੇ ਦੌਰਾਨ ਹੋਈ ਸ਼ਹਾਦਤ ਨਹੀਂ ਹੈ ਵੈਸੇ ਤਾਂ ਸ਼ਹਾਦਤ ਹਰ ਸ਼ਹਾਦਤ ਹੈ ਤਸ਼ੱਦਦ ਦੇ ਦੌਰਾਨ ਕਿਸੇ ਵੀ ਮਾਂ ਦੇ ਪੁੱਤ ਦੀ ਮੌਤ ਹੋਵੇ ਉਹ ਤਾਂ ਸਾਨੂੰ ਉਹਨਾਂ ਹੀ ਦੁੱਖ ਦਰਦ ਤੇ ਸੰਤਾਪ ਹੈ ਪਰ ਜਦੋਂ ਉਹਦੇ ਦੀ ਗੱਲ ਆਉਂਦੀ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਥਾਣੇ ਦੇ ਵਿੱਚ ਇੱਕ ਤਸੀਹੇਹਾ ਕੇਂਦਰ ਦੇ ਵਿੱਚ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਜਾਵੇ ਤੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਨਾ ਮਿਲੇ ਤੇ ਇਸ ਸਾਰੇ ਹੀ ਨਿظام ਦੇ ਉੱਪਰ ਇੱਕ ਕਾਲਾ ਕਲੰਕ ਹੈ ਇਸ ਨੂੰ ਧੋਣ ਦਾ ਮੌਕਾ ਹੈ ਆਮ ਆਦਮੀ ਪਾਰਟੀ ਦੇ ਕੋਲ ਜੇਕਰ ਉਸ ਜਾਂਚ ਰਿਪੋਰਟ ਨੂੰ ਜਨਤਕ ਕਰਕੇ ਦੋਸ਼ੀ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਜਾਵੇ ਜੇਕਰ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਮਨੁੱਖੀ ਅਧਿਕਾਰਾਂ ਦੇ ਇਨ੍ਹਾਂ ਵਰਤਾਰਿਆਂ ਤੋਂ ਆਪਣੇ ਕਦਮ ਪਛਾਹ ਪੁੱਟ ਗਿਆ ਨੇ ਤੇ ਆਮ ਆਦਮੀ ਪਾਰਟੀ ਦੇ ਕੋਲ ਮੌਕਾ ਜ਼ਰੂਰ ਹੈ ਕਿ ਉਹ ਇਸ ਇਨਸਾਫ ਦੇ ਵਾਲੇ ਪਾਸੇ ਕਦਮ ਮਦਾਵੇ ਇਨੀਆਂ ਕ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਕਾਰ ਸਹਿ ਤਾਕਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ